जिहड़े बच्चे इस शो दे विच आउण ते उहनां दा नां शो करके होवे पिंडां दे जिहड़ा जिन्ना भी हिडन टैलेंट सीगा उहनूं बाहर कढ़न वास्ते होके ही है जिहड़ी एज लिमिट हैगी उह सिंगरस वास्ते आउण लई ਪੈਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਅਸੀਂ ਨਹੀਂ ਰਿਕਾਰਡ ਕਰਾਂਗੇ ਇਹ ਫ੍ਰੀ ਆਫ ਕੋਸਟ ਹੈ ਕੋਈ ਇਹਦੀ ਐਂਟਰੀ ਫੀਸ ਨਹੀਂ ਆਨਲਾਈਨ ਵੀ ਹੈਗਾ ਬਾਕੀ ਉੱਥੇ ਮੌਕੇ 'ਤੇ ਵੀ ਜਾ ਸਕਦੇ ਆ ਉਹ ਆਪਣੀ ਕਲਾ ਨੂੰ ਸਾਨੂੰ ਦੇਣ ਪਲੇਟਫਾਰਮ ਵਾਸਤੇ ਦਿੰਦੇ ਆ ਤੁਸੀਂ ਜਿਹੜੇ ਉਹਦਾ ਅਨਮਿਊਟ ਦੇ ਨਾਲ ਮੈਂ ਰਵਿੰਦਰ ਕੌਰ ਜਰਨੈਲ ਕੁਮਾਨ ਅਤੇ ਜੇ ਐਲ ਪ੍ਰੋਡਕਸ਼ਨ ਵੱਲੋਂ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ ਗਾਉਂਦਾ ਪੰਜਾਬ ਸਾਡੇ ਨਾਲ ਜਰਨੈਲ ਕੁਮਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੁਸੀਂ ਸ਼ੋਅ ਸ਼ੁਰੂ ਕਰਨ ਜਾ ਰਹੇ ਹੋ ਗਾਉਂਦਾ ਪੰਜਾਬ ਕੀ ਕਾਰਨ ਰਿਹਾ ਤੁਹਾਨੂੰ ਕਿਉਂ ਲੱਗਾ ਵੀ ਮੈਂ ਇੱਕ ਇਸ ਤਰ੍ਹਾਂ ਦਾ ਟੈਲੈਂਟ ਹੰਟ ਲੈ ਕੇ ਆਵਾਂ ਲੋਕਾਂ ਦੇ ਵਿੱਚ ਜਿਸ ਨਾਲ ਲੋਕਾਂ ਨੂੰ ਇੱਕ ਵੱਖਰਾ ਮੌਕਾ ਮਿਲੇ ਕੀ ਦੇਖ ਰਹੇ ਸੀ ਨਾ ਪਿਛਲੇ ਕਈ ਸਾਲਾਂ ਤੋਂ ਕਿ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਇਹੋ ਜਿਹਾ ਕਿ ਜਿਹੜਾ ਬਾਹਰ ਆਉਣਾ ਚਾਹੁੰਦਾ ਉਹ ਕਦੇ ਥੋੜ੍ਹੇ ਥੋੜ੍ਹੇ ਖਰਚੇ ਕਰਕੇ ਆਪਦੇ ਗਾਣੇ ਕੱਢਣ ਦੀ ਕੋਸ਼ਿਸ਼ ਕਰਦਾ ਕਦੇ ਕਿਵੇਂ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਅਤੇ ਅਸੀਂ ਕੀ ਸੋਚਿਆ ਮੈਂ ਅਤੇ ਮਹਿਤਾਬ ਚਾਨ ਜਿਹੜੇ ਡਾਇਰੈਕਟਰ ਹੈਗੇ ਮੇਰੇ ਨਾਲ ਕੰਪਨੀ 'ਚ ਕਿ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਖੜਾ ਕਰੀਏ ਕਿ ਜਿੱਥੇ ਇਹਨਾਂ ਬੱਚਿਆਂ ਨੂੰ ਇਕੱਠੇ ਤੌਰ 'ਤੇ ਮੌਕਾ ਮਿਲੇ ਜਿਹੜੇ ਬੱਚੇ ਇਸ ਸ਼ੋਅ ਦੇ ਵਿੱਚ ਆਉਣ ਅਤੇ ਉਹਨਾਂ ਦਾ ਨਾਂ ਸ਼ੋਅ ਕਰਕੇ ਹੋਵੇ ਕਿ ਫਲਾਂ ਗਾਉਂਦਾ ਪੰਜਾਬ ਦੇ ਵਿੱਚ ਉਹ ਆਇਆ ਸੀ ਬੱਚਾ ਤਾਂ ਕਿ ਉਹਨਾਂ ਦਾ ਆਪਦਾ ਕੋਈ ਖਰਚਾ ਨਾ ਹੋਵੇ ਉਹ ਆਪਣੀ ਕਲਾ ਨੂੰ ਸਾਨੂੰ ਦੇਣ ਪਲੇਟਫਾਰਮ ਅਸੀਂ ਦਿੰਦੇ ਹਾਂ ਤੁਸੀਂ ਕਹਿ ਰਹੇ ਹੋ ਵੀ ਇਸ ਦੇ ਵਿੱਚ ਮਿਊਜ਼ਿਕ ਕੰਪੋਜ਼ਰ ਰਾਈਟਰ ਸਿੰਗਰਸ ਤਿੰਨਾਂ ਨੂੰ ਮੌਕਾ ਮਿਲੇਗਾ ਵੱਖ ਵੱਖ ਆਪਣੇ ਆਪਣੇ ਜਿਹੜੇ ਟੈਲੈਂਟ ਆ ਉਹਨੂੰ ਪੇਸ਼ ਕਰਨ ਦਾ ਉਸਦਾ ਕੀ ਕਾਰਨ ਸੀ ਕਿਉਂਕਿ ਇਸ ਤਰ੍ਹਾਂ ਦਾ ਸ਼ੋਅ ਕਦੇ ਪਹਿਲਾਂ ਆਇਆ ਨਹੀਂ ਆ ਵੀ ਤਿੰਨਾਂ ਨੂੰ ਨਵਾਂ ਮੌਕਾ ਮਿਲੇ ਸ਼ੋਅ ਬਣਾਉਣ ਦਾ ਹਰੇਕ ਦਾ ਆਪਦਾ ਜ਼ਰੀਆ ਹੁੰਦਾ ਕਿ ਉਹਨਾਂ ਨੇ ਕੀ ਕਰਨਾ ਇੱਕ ਤਾਂ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਹੈਗਾ ਲਿਖਣ ਵਾਲਿਆਂ ਕੋਲ ਇੰਨਾ ਟੈਲੈਂਟ ਹੈਗਾ ਗਾਉਣ ਵਾਲਿਆਂ ਕੋਲ ਉਹ ਬਾਹਰ ਨਿਕਲੇ ਕੁਛ ਨਵੇਂ ਗਾਣੇ ਆਉਣ ਕੁਛ ਨਵੀਆਂ ਤਰਜ਼ਾਂ ਆਉਣ ਕੋਈ ਨਵੇਂ ਤਰੀਕੇ ਦਾ ਕੋਈ ਸੰਗੀਤ ਸਿਰਜਿਆ ਜਾਵੇ ਕੋਈ ਇੱਕ ਗਾਣਾ ਕੋਈ ਇਹੋ ਜਿਹਾ ਨਿਕਲੇ ਜਿਹੜਾ ਪੰਜਾਬੀ 'ਚ ਆਉਣ 50 ਸਾਲਾਂ ਤੱਕ ਚੱਲੇ ਅਤੇ ਦੂਜਾ ਹੁਣ ਅਸੀਂ ਰਸਮੀ ਤੌਰ 'ਤੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਹਦਾ ਸ਼ੁਰੂ ਕਰ ਚੁੱਕੇ ਕੱਲ੍ਹ ਅਸੀਂ ਇਹਦਾ ਪੋਸਟਰ ਰਿਲੀਜ਼ ਕੀਤਾ ਅੱਜ ਪ੍ਰੈਸ ਕਾਨਫਰੰਸ ਹੈਗੀ ਅਤੇ 2 ਦਿਨਾਂ ਬਾਅਦ ਸਾਡੀ ਇਹਦੇ ਐਡੀਸ਼ਨ ਸਟਾਰਟ ਹੈਗੇ ਪੂਰੇ ਪੰਜਾਬ ਦੇ ਵਿੱਚ ਅਤੇ ਰਸਮੀ ਤੌਰ 'ਤੇ ਅਸੀਂ ਫਿਰ ਪਿੰਡਾਂ ਦੇ ਜਿਹੜਾ ਜਿੰਨਾ ਵੀ ਹਿਡਨ ਟੈਲੈਂਟ ਸੀਗਾ ਉਹਨੂੰ ਬਾਹਰ ਕੱਢਣ ਵਾਸਤੇ ਹੋਕਾ ਹੀ ਹੈ ਕਿ ਆਓ ਜੀ ਸਾਡੇ ਨਾਲ ਜੁੜੋ ਤੁਸੀਂ ਆਪਦਾ ਟੈਲੈਂਟ ਸਾਨੂੰ ਦਿਓ ਪਲੇਟਫਾਰਮ ਅਸੀਂ ਦਿੰਦੇ ਤੁਹਾਨੂੰ ਤੁਸੀਂ ਇਹਦੇ ਵਿੱਚ ਏਜ ਲਿਮਿਟ ਰੱਖੀ ਹੋਈ ਆ 15 ਤੋਂ 35 ਸਾਲ ਦੀ ਕਿ ਇਹ ਸਾਰਿਆਂ ਵਾਸਤੇ ਆ ਜਾਂ ਇਕੱਲੇ ਸਿੰਗਰਸ ਵਾਸਤੇ ਨਹੀਂ ਜਿਹੜੀ ਏਜ ਲਿਮਿਟ ਹੈਗੀ ਉਹ ਸਿੰਗਰਸ ਵਾਸਤੇ ਆਉਣ ਲਈ ਇਹਦੇ ਗੀਤਕਾਰਾਂ ਅਤੇ ਸੰਗੀਤਕਾਰਾਂ ਵਾਸਤੇ ਕੋਈ ਏਜ ਲਿਮਿਟ ਨਹੀਂ ਅਸੀਂ ਕਿਉਂਕਿ ਇੱਕ ਕੰਪੀਟੀਸ਼ਨ ਕਰਾਉਣਾ ਇਕੱਲੇ ਸਿੰਗਰਾਂ ਦਾ ਕਰਾਉਣਾ ਉਹ ਜਿਹੜਾ ਤਾਂ ਕਰਕੇ ਏਜ ਲਿਮਿਟ ਰੱਖੀ ਹੈ 15 ਤੋਂ 35 ਸਾਲ ਅਤੇ ਤੁਸੀਂ ਜੱਜਿਸ ਦਾ ਜ਼ਿਕਰ ਕਰ ਰਹੇ ਸੀ ਜਿੱਦਾਂ ਅਮਰ ਨੂਰੀ ਅਤੇ ਉਹਨਾਂ ਦੇ ਨਾਲ ਇੱਕ ਹੋਰ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਜੱਜਿਸ ਨੂੰ ਸਿਲੈਕਟ ਕਿਸ ਤਰ੍ਹਾਂ ਕੀਤਾ ਮਤਲਬ ਉਹਨਾਂ ਦੇ ਵਿੱਚੋਂ ਤੁਹਾਨੂੰ ਕਿਉਂ ਲੱਗਾ ਵੀ ਇਹ 2 ਜੱਜਿਸ ਹੀ ਬੈਸਟ ਹੋਣਗੇ ਸਾਡੇ ਸ਼ੋਅ 'ਤੇ ਦੇਖੋ ਗਾਣੇ 'ਚ ਕੀ ਹੁੰਦਾ ਹੈ ਇੱਕ ਗਾਣੇ ਦੇ ਵਿੱਚ ਸੰਗੀਤ ਵਾਲਾ ਬੰਦਾ ਹੋਣਾ ਚਾਹੀਦਾ ਤੇਜਵੰਤ ਕਿੱਟੂ ਜੀ ਬਹੁਤ ਵੱਡੇ ਸੰਗੀਤਕਾਰ ਨੇ ਬਹੁਤ ਸਾਲਾਂ ਤੋਂ 30 ਸਾਲ ਦੇ ਆਸ ਪਾਸ ਉਹਨਾਂ ਦਾ ਤਜਰਬਾ ਹੋ ਗਿਆ ਕਿੰਨੇ ਹਿੱਟ ਗਾਣੇ ਉਹਨਾਂ ਨੇ ਇਸ ਇੰਡਸਟਰੀ ਨੂੰ ਦਿੱਤੇ ਅਤੇ ਇੱਦਾਂ ਦੇ ਸ਼ੋਅ ਕਈ ਉਹਨਾਂ ਨੇ ਐਜ ਏ ਮੈਂਟਰ ਵੀ ਕੀਤੇ ਨੇ ਅਤੇ ਅਮਰ ਨੂਰੀ ਭੈਣ ਜੀ ਸਿੰਗਰ ਨੇ ਮਤਲਬ ਸਾਡੇ 'ਚ ਅੱਜ ਨਹੀਂ ਹੈਗੇ ਭਾਅ ਜੀ ਸਰਦੂਲ ਜੀ ਅਤੇ ਉਹਨਾਂ ਦੀ ਜੋੜੀ ਨੇ ਕਿੰਨੇ ਕਿੱਡੇ ਕਿੱਡੇ ਗਾਣੇ ਦਿੱਤੇ ਨੂਰੀ ਭੈਣ ਜੀ ਨੇ ਕਿਹਾ ਮਤਲਬ ਇੱਕ ਸਿੰਗਰ ਹੀ ਇੱਕ ਸਿੰਗਰ ਬਾਰੇ ਸਮਝ ਸਕਦਾ ਇੱਕ ਸੰਗੀਤਕਾਰ ਸੰਗੀਤ ਹੀ ਇੱਕ ਸਿੰਗਰ ਬਾਰੇ ਸਮਝ ਸਕਦਾ ਕਿ ਆਪਾਂ ਕੱਲ੍ਹ ਨੂੰ ਇਹ ਨਹੀਂ ਹੈਗਾ ਕਿ ਵੀ ਕੋਈ ਗਾਉਂਦਾ ਬਹੁਤ ਵਧੀਆ ਕੋਈ ਹੋਰ ਤਰ੍ਹਾਂ ਦਾ ਬੰਦਾ ਬੈਠਿਆ ਹੋਵੇ ਜਿਹਨੂੰ ਨੌਲੇਜ ਹੀ ਨਾ ਹੋਵੇ ਉਹਨੂੰ ਰਿਜੈਕਟ ਕਰ ਦੇਵੇ ਆਪਾਂ ਚਾਹੁੰਦੇ ਸੀ ਕਿ ਜਿਸ ਬੰਦੇ ਕੋਲ ਕੋਈ ਟੈਲੈਂਟ ਹੈਗਾ ਉਹਨੂੰ ਪਰਖਣ ਵਾਲੀ ਅੱਖ ਵੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਖੁਦ ਕੋਲ ਬਹੁਤ ਵੱਡਾ ਟੈਲੈਂਟ ਹੋਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਵੀ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਅਸੀਂ ਨਹੀਂ ਰਿਕਾਰਡ ਕਰਾਂਗੇ ਅਤੇ ਨਾ ਹੀ ਗਵਾਵਾਂਗੇ ਉਸਦਾ ਕੀ ਕਾਰਨ ਇੱਕ ਤਾਂ ਸਰਕਾਰ ਵੱਲੋਂ ਇਹ ਚੀਜ਼ ਕਹਿ ਦਿੱਤੀ ਗਈ ਆ ਵੀ ਇਸ ਤਰ੍ਹਾਂ ਦੇ ਗਾਣੇ ਪ੍ਰਮੋਟ ਨਹੀਂ ਕੀਤੇ ਜਾਂਦੇ ਨਹੀਂ ਦੇਖੋ ਸਰਕਾਰ ਨੇ ਆਪਦਾ ਉਦਮ ਅਲੱਗ ਤੋਂ ਕਰਨਾ ਹੁੰਦਾ ਇਹ ਗਾਣੇ ਸਾਡੇ ਕਲਚਰ ਦਾ ਹਿੱਸਾ ਹੀ ਨਹੀਂ ਹੈਗੇ ਜਿਹੜੀ ਚੀਜ਼ ਸਾਡੇ ਕਲਚਰ ਦਾ ਹਿੱਸਾ ਹੀ ਨਹੀਂ ਹੈਗਾ ਜੇ ਆਪਾਂ ਇੱਕ ਉਹਨੂੰ ਫਿਰ ਪਹਿਲਾਂ ਹੀ ਅਵੈਡ ਕਰਾਂਗੇ ਤਾਂ ਹੀ ਹੈ ਨਾ ਸਾਡੇ ਕਲਚਰ ਦਾ ਹਿੱਸਾ ਜਿਹੜੀਆਂ ਚੀਜ਼ਾਂ ਅਸੀਂ ਅਵੈਡ ਨਹੀਂ ਕਰ ਰਹੇ ਅਸੀਂ 11 ਤਰ੍ਹਾਂ ਦੇ ਗਾਣੇ ਸਿਲੈਕਟ ਕਰ ਰਹੇ ਹਾਂ 11 ਤਰ੍ਹਾਂ ਦੀਆਂ ਕੈਟੇਗਰੀਆਂ ਅਸੀਂ ਉਹ 'ਚ ਪਾ ਰਹੇ ਹਾਂ ਜੋ ਸਾਡੇ ਪੰਜਾਬ ਦਾ ਅਸਲੀ ਅਮੀਰ ਵਿਰਸਾ ਹੈਗਾ ਸਾਡੇ ਅਮੀਰ ਸੱਭਿਆਚਾਰ ਹੈਗਾ ਅਮੀਰ ਸ਼ਬਦਾਵਲੀ ਹੈਗੀ ਹੈ ਪੰਜਾਬੀ ਮਾਂ ਬੋਲੀ ਦੇ ਵਿੱਚ ਉਹ ਕਿਉਂ ਨਹੀਂ ਵਰਤਦੇ ਅਸੀਂ ਉਹ ਗਾਣੇ ਚੱਲਦੇ ਆ ਰਹੇ ਨੇ ਹੁਣ ਵੀ ਆਪਾਂ ਵਿਆਹਾਂ 'ਚ ਆਪਾਂ ਦੇਖਦੇ ਹਾਂ ਪੁਰਾਣੇ ਗਾਣੇ ਜ਼ਿਆਦਾ ਚੱਲਦੇ ਆ ਜਿਹਨੇ ਆਪਾਂ ਕੁਛ ਟਾਈਮ ਇਸ ਕਰਕੇ ਕਿ ਵੀ ਤਾਂ ਕਿ ਆਉਣ ਵਾਲੇ ਸਾਲਾਂ 'ਤੇ ਅਸੀਂ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹਦੀ ਝੋਲੀ ਕੁਛ ਇਹੋ ਜਿਹੇ ਗਾਣੇ ਪਾ ਕੇ ਜਿਹੜੇ ਕਿ ਸਦੀਆਂ ਤੱਕ ਚੱਲਦੇ ਰਹਿਣ ਤੁਸੀਂ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਂ ਤਾਂ ਕਹੂੰਗਾ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਕਿ ਤੁਸੀਂ ਜੇ ਤੁਹਾਡੇ ਕੋਈ ਨੇੜੇ ਨੀਅਰ ਡੀਅਰ ਬੱਚਾ ਕੋਈ ਵੀ ਇਸ ਕੰਮ ਵਾਲੇ ਫਿਰ ਸ਼ੌਂਕ ਰੱਖਦਾ ਤਾਂ ਉਹਨੂੰ ਇਸ ਸ਼ੋਅ ਦਾ ਹਿੱਸਾ ਬਣਾਓ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਫ੍ਰੀ ਆਫ ਕੋਸਟ ਹੈ ਕੋਈ ਇਹਦੀ ਐਂਟਰੀ ਫੀਸ ਨਹੀਂ ਆਨਲਾਈਨ ਵੀ ਹੈਗਾ ਬਾਕੀ ਉੱਥੇ ਮੌਕੇ 'ਤੇ ਵੀ ਜਾ ਸਕਦੇ ਆ ਇੱਕ ਤਾਂ ਇਸ ਸ਼ੋਅ ਨਾਲ ਜੁੜਨਾ ਹਰੇਕ ਦਾ ਹੱਕ ਬਣਦਾ ਅਤੇ ਇਹਨੂੰ ਪ੍ਰਮੋਟ ਕਰਨਾ ਬਣਦਾ ਕਿਉਂਕਿ ਇੱਦਾਂ ਦਾ ਸ਼ੋਅ ਕਿਸੇ ਦੇ ਕੰਮ ਆ ਜਾਏ
ठीक है, तो उसकी जिंदगी बन जाए, वो परिवार का रुतबा बदल जाए, एदू बड़ा पुन कोई नहीं है, क्योंकि फ्री ऑफ कॉस्ट है। तो दूजा मैं पूरी दुनिया वसदे मीडिया नू दिलों धन्यवाद करदा कि तुसी लोगों ने पंजाबी माँ बोली की इन्नी सेवा की कि अज पंजाबी माँ बोली एडे एडे टैलेंटेड करन वास्ते जानी जाती है। पंजाबी माँ बोली बड़े बड़े सिंगर ने, बड़ी बड़ी फिल्मां बन रही हैं, बड़े बड़े मीडिया कर्मी ने, बड़ी बड़ी चैनल आ रहे हैं, कितना कुछ आ रहा है। सो मीडिया का बहुत बड़ा धन्यवाद मैं करदा इस अज की प्रेस कॉन्फ्रेंस के जरिए तो द आर्म्यूट के जरिए। थैंक यू सो मच सर, बहुत बहुत धन्यवाद। सो एसी साडे नाल जरनैल कुमार जी, जिन्हां ने गौंदा पंजाब शो के बारे जानकारी दी है कि किस तरह इसकी शुरुआत होगी, तो नाल ही उन्होंने कहा कि इस दे विच वख वख कलाकारां नूं मौका मिलेगा अपने हुनर दिखाउण दा। सो तुसीं भी इस शो के जरूर हिस्सा लो, क्योंकि बहुत ही वधिया एक उपराला किया जा रहा है जरनैल कुमार वालों। सो इस तरह अपडेट्स लई जुड़े रहो द अनम्यूट दे नाल।